ਸਤਿ ਸ਼੍ਰੀ ਅਕਾਲ ਜੀ। ਮੈਂ ਯਕੀਨ ਕਰਦਾ ਅਤੇ ਆਸ ਕਰਦਾ ਵੀ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਮੈਨੂੰ ਬੜੇ ਸਵਾਲ ਪਏ ਜਾ ਰਹੇ ਆ, ਜਾਂ ਬਹੁਤ ਮੈਨੂੰ ਇੰਟਰਵਿਊਜ਼ ਵਾਲੇ ਵੀ ਫੋਨ ਕਰ ਰਹੇ ਆ, ਉਹ ਵੀ ਮੈਨੂੰ ਸਵਾਲ ਇਹ ਕਰ ਰਹੇ ਆ ਵੀ ਜੀ ਲੋਕਾਂ ਦਾ ਸਵਾਲ ਆ, ਜਿਹੜੀ ਮੈਂ ਗੱਲ ਅੱਜ ਕਰਨੀ ਚਾਹੁੰਦਾ, ਲੋਕਾਂ ਦਾ ਸਵਾਲ ਆ ਵੀ ਤੁਸੀਂ ਬਾਈ ਦੇਖੋ ਅੱਜ ਦੇ ਜਿਹੜੇ ਹੁਕਮਰਾਨ ਆ ਉਹਨਾਂ ਦੇ ਅਗੇਂਸਟ ਜਾ ਕੇ ਗੱਲਾਂ ਕਰਦੇ ਹੋ ਜਾਂ ਉਹਨਾਂ ਦੇ ਖਿਲਾਫ ਗੱਲਾਂ ਕਰਦੇ ਹੋ, ਪਰ ਤੁਸੀਂ ਆਪ ਗੁਰਦਾਸਪੁਰ ਸਨੀ ਦਿਓਲ ਨਾਲ ਕੰਪੇਨ ਕਰ ਰਹੇ ਸੀ ਅਤੇ ਉੱਥੇ ਉਸੇ ਪੋਲੀਟੀਕਲ ਪਾਰਟੀ ਦੀ ਕੰਪੇਨ ਕਰ ਰਹੇ ਸੀ, ਇਹਦਾ ਮੈਂ ਜਵਾਬ ਤੁਹਾਨੂੰ ਇੱਕ ਗੱਲ ਦੇ ਇਸ ਗੱਲ ਦਾ ਦੇਣਾ ਚਾਹੁੰਦਾ। ਜਵਾਬ ਇਹਦਾ ਇਹ ਹੈ ਜੀ, ਜਦੋਂ ਕੋਈ ਸਾਡਾ ਪਰਿਵਾਰਕ ਮੈਂਬਰ, ਸਾਡਾ ਭਰਾ ਇਸ ਗੱਲ ਦਾ ਡਿਸੀਜਨ ਲੈ ਲੈਂਦਾ ਵੀ ਜੀ ਅਸੀਂ ਇਲੈਕਸ਼ਨ ਲੜਨੇ ਆ, ਸੋ ਇਲੈਕਸ਼ਨ ਲੜਨੇ ਆ, ਉਦੋਂ ਬਾਅਦ ਇਹ ਡਿਸੀਜਨ ਲਿਆ ਜਾਂਦਾ ਵੀ ਮੇਰੀ ਤਾਂ ਬਾਈ ਹੁਣ ਜਾਨ ਧੜਦੀ ਲੱਗ ਗਈ, ਇੱਜ਼ਤ ਦਾ ਸਵਾਲ ਆ, ਤਾਂ ਸਾਡੇ ਵਰਗੇ ਬੰਦਿਆਂ ਨੂੰ ਨਾਲ ਖੜਨਾ ਪੈਂਦਾ। ਸੋ ਮੈਂ ਵੀ ਸਨੀ ਬਾਈ ਨਾਲ ਇਸੇ ਕਰਕੇ ਖੜਿਆ ਸੀ ਉੱਥੇ, ਕਿਉਂਕਿ ਮੇਰਾ ਅਦਰਵਾਈਜ਼ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਆ। ਮੈਂ ਇੱਕ ਆਰਟਿਸਟ ਬੰਦਾ ਅਤੇ ਪਹਿਲਾਂ ਮੈਂ ਇੱਕ ਇਨਸਾਨ ਹਾਂ, ਇਨਸਾਨ ਦੇ ਨਾਤੇ ਮੈਂ ਅੱਜ ਦੇ ਜਿਹੜੇ ਸਾਡੇ ਹੁਕਮਰਾਨ ਆ ਉਹਨਾਂ ਨੂੰ ਮੈਂ ਬਿਲਕੁਲ ਉਹਨਾਂ ਨਾਲ ਉਹਨਾਂ ਨੂੰ ਸਵਾਲ ਕਰਦਾ, ਉਹਨਾਂ ਨੂੰ ਸਵਾਲ ਇਸ ਕਰਕੇ ਕਰਦਾ ਬਿਕੋਜ਼ ਕੁਛ ਚੀਜ਼ਾਂ ਸਾਨੂੰ ਸਾਡੇ ਸਮਾਜ 'ਚ ਜਿਹੜੀਆਂ ਨਹੀਂ ਚੰਗੀਆਂ ਲੱਗਦੀਆਂ, ਅਸੀਂ ਆਪਦੇ ਅੰਦਰ ਦੇ ਇਨਕਲਾਬ ਨੂੰ ਤਾਂ ਨਹੀਂ ਮਾਰ ਸਕਦੇ, ਆਪਦੇ ਅੰਦਰ ਦੇ ਜਿਹੜਾ ਸਾਡਾ ਕੁਛ ਸਹੀ ਅਤੇ ਗਲਤ ਨੂੰ ਪਰਖਣ ਦੀ ਜਿਹੜੀ ਸਾਡੇ ਕੋਲ ਜਿੰਨੀ ਕੁ ਜਾਂਚ ਆ ਉਹਨੂੰ ਖਤਮ ਨਹੀਂ ਕਰ ਸਕਦੇ ਅਤੇ ਚੁੱਪ ਕਰਕੇ ਨਹੀਂ ਬਹਿ ਸਕਦੇ। ਸੋ ਐਜ਼ ਐਨ ਆਰਟਿਸਟ, ਐਜ਼ ਅ ਹਿਊਮਨ ਬੀਇੰਗ, ਇਟਸ ਮਾਈ ਡਿਊਟੀ ਟੂ ਪ੍ਰੋਬਲੀ ਕੁਐਸਚਨ ਦ ਗਵਰਮੈਂਟ, ਟੂ ਕੁਐਸਚਨ ਦ ਲੀਡਰਸ, ਸੋ ਦੈਟਸ ਵਾਟ ਆਈ ਹੈਵ ਬੀਨ ਡੂਇੰਗ। ਪਰ ਮੈਂ ਗੱਲ ਜਿਹੜੀ ਖਾਸ ਤੌਰ 'ਤੇ ਅੱਜ ਕਰਨਾ ਚਾਹੁੰਦਾ, ਜਾਂ ਮੈਂ ਲਾਈਵ ਹੋਇਆ ਜਿਹੜੀ ਗੱਲ ਕਰਨ ਵਾਸਤੇ, ਇੱਕ ਹੋਰ ਗੱਲ ਆ ਜਿਹੜੀ ਬੜੀ ਜ਼ਰੂਰੀ ਗੱਲ ਆ, ਉਹ ਜ਼ਰੂਰੀ ਗੱਲ ਆ। ਮੈਂ ਕੁਛ ਚੀਜ਼ਾਂ ਨੋਟ ਕਰ ਰਿਹਾ ਸੀ, ਮੇਰਾ ਇੱਕ ਬੋਂਬੇ ਦਾ ਇੱਥੋਂ ਦਾ ਨਾ ਕੁਛ ਫਰੈਂਡਸ ਦਾ ਗਰੁੱਪ ਆ, ਉਸ ਗਰੁੱਪ 'ਚ ਇੱਕ ਮੈਸੇਜ ਆਇਆ, ਕਹਿੰਦਾ ਦੇਖੋ ਜੀ ਅਫਗਾਨਿਸਤਾਨ 'ਚ ਸਿੱਖਾਂ ਨੂੰ ਮਾਰਿਆ ਅਤੇ ਇਸੇ ਕਰਕੇ ਅਸੀਂ ਜਿਹੜਾ ਸਿਟੀਜ਼ਨਸ਼ਿਪ ਬਿੱਲ 'ਚ ਅਮੈਂਡਮੈਂਟ ਸੀ ਜਾਂ NRC, ਇਸੇ ਕਰਕੇ ਅਸੀਂ ਪ੍ਰਪੋਜ਼ ਕਰ ਰਹੇ ਸੀ। ਹੁਣ ਮੈਨੂੰ ਬੜਾ ਗੁੱਸਾ ਆਇਆ ਇਸ ਗੱਲ 'ਤੇ, ਮੈਂ ਉਹਨੂੰ ਕਿਹਾ ਬਾਈ ਜੀ ਗੱਲ ਸੁਣ ਲਓ, ਸਾਡੇ ਪਰਿਵਾਰ ਦੇ ਸਾਡੇ ਬੰਦੇ ਮਰ ਗਏ, ਤੁਸੀਂ ਸਾਡੇ ਕੋਲ ਆ ਕੇ ਪਹਿਲੀ ਗੱਲ ਤਾਂ ਇਹ ਕਰੋ ਵੀ ਜੀ ਸਾਨੂੰ ਬਹੁਤ ਦੁੱਖ ਆ ਇਸ ਗੱਲ ਦਾ ਵੀ ਤੁਹਾਡੇ ਬੰਦਿਆਂ ਨੂੰ ਜਾਂ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਉੱਥੇ ਇਸ ਤਰ੍ਹਾਂ ਕਿਸੇ ਨੇ ਆ ਕੇ ਮਾਰਿਆ, ਸਾਨੂੰ ਬਹੁਤ ਦੁੱਖ ਆ ਤੁਹਾਡੇ ਹੋਏ ਲੋਸ ਦਾ, ਪਲੀਜ਼ ਐਕਸੈਪਟ ਆਰ ਕੰਡੋਲੈਂਸਿਸ। ਸੋ ਇਹ ਗੱਲ ਨਹੀਂ ਕੀਤੀ ਜਾਂਦੀ, ਗੱਲ ਇਹ ਕੀਤੀ ਜਾਂਦੀ ਆ ਵੀ ਦੇਖੋ ਜੀ ਇਸ ਕਰਕੇ ਅਸੀਂ ਆਹ ਬਿੱਲ ਪ੍ਰਪੋਜ਼ ਕਰ ਰਹੇ ਸੀ। ਹੁਣ ਇਹ ਗੱਲ ਉਵੇਂ ਹੀ ਆ ਜਿਵੇਂ ਮੰਨ ਲਓ ਰੱਬ ਨਾ ਕਰੇ, ਗੋਡ ਫੋਰਬਿਡ ਵੀ ਆਪਣੇ ਘਰ ਕੋਈ ਰਿਸ਼ਤੇਦਾਰੀ 'ਚ ਕਿਤੇ ਮਰਗ ਹੋਈ ਹੋਵੇ, ਉੱਥੇ ਕੋਈ ਬੰਦਾ ਆ ਕੇ ਇਹ ਗੱਲ ਕਹਿ ਦੇ ਵੀ ਜੀ ਦੇਖੋ ਇਹ ਗੱਲ ਨਹੀਂ ਹੋਣੀ ਹੋਵੇ ਵੀ ਦੇਖੋ ਜੀ ਸਾਨੂੰ ਦੁੱਖ ਆ ਇਸ ਗੱਲ ਦਾ ਵੀ ਯੂ ਲੋਸਟ ਯੋਰ ਫੈਮਿਲੀ ਮੈਂਬਰ, ਇਹ ਗੱਲ ਨਹੀਂ ਆ। ਗੱਲ ਇਹ ਆ ਦੇਖੋ ਜੀ ਇਸ ਕਰਕੇ ਅਸੀਂ ਆਹ ਫਲਾਨੀ ਨੀਤੀ ਤੁਹਾਨੂੰ ਕਹਿ ਰਹੇ ਸੀ ਅਤੇ ਤੁਸੀਂ ਅਪਣਾ ਲੈਂਦੇ ਤਾਂ ਠੀਕ ਆ ਨਾ। ਸੋ ਅਗਲਾ ਜੁੱਤੀਆਂ ਲਾ ਲਏ ਇਹੋ ਜਿਹੇ ਬੰਦਿਆਂ ਦੇ, ਹੁਣ ਹੋਰ ਤਾਂ ਕੋਈ ਗੱਲ ਕੀਤੀ ਨਹੀਂ ਜਾ ਸਕਦੀ। ਸੋ ਯੂ ਨੋ ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ ਫੋਰ ਅਸ, ਮੇਰੀ ਕੌਮ ਲਈ, ਸਾਡੇ ਪੰਜਾਬ ਲਈ ਜਿਹੜੀ ਗੱਲ ਜ਼ਰੂਰੀ ਆ ਉਹ ਜ਼ਰੂਰੀ ਇਸ ਕਰਕੇ ਆ, ਇਹ ਉਦਾਹਰਣ ਇਸ ਕਰਕੇ ਦਿੱਤੀ ਗਈ ਆ ਬਾਈ ਜੀ ਦੇਖੋ ਇਹ ਸਾਨੂੰ ਅੱਜ ਦੀ ਡੇਟ 'ਚ
ਮਾਈਨੋਰਿਟੀ ਗਿਣਦੇ ਆ, ਕੋਈ ਕੋਈ ਗਵਰਨਮੈਂਟ ਆ ਜੇ ਸਾਨੂੰ ਮਾਈਨੋਰਿਟੀ ਗਿਣਦੇ ਆ ਔਰ ਸਾਨੂੰ ਦਬਾਉਂਦੇ ਆ, ਅਸੀਂ ਕਹਿੰਦੇ ਹਾਂ ਮਾਈਨੋਰਿਟੀ ਨੂੰ ਦਬਾ ਲਿਆ। ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਵੀ ਕਦੇ ਵੀ ਮਾਈਨੋਰਿਟੀ ਨੂੰ ਨਹੀਂ ਦਬਾਇਆ ਜਾਂਦਾ, ਹਮੇਸ਼ਾ ਕਮਜ਼ੋਰ ਨੂੰ ਹੀ ਦਬਾਇਆ ਜਾਂਦਾ। ਇਤਿਹਾਸ ਗਵਾਹ ਰਿਹਾ ਹੈ ਇਸ ਗੱਲ ਦਾ, ਕਮਜ਼ੋਰ ਹੀ ਦਬਦੇ ਆ, ਮਾਈਨੋਰਿਟੀ ਨਹੀਂ ਦਬਦੀ ਕਦੇ। ਇਸ ਕਰਕੇ ਆਪਦੇ ਆਪ ਨੂੰ ਸਟਰੋਂਗ ਬਣਾਓ, ਆਪਦੇ ਆਪ ਨੂੰ ਉਸ ਲੈਵਲ 'ਤੇ ਲੈ ਜਾਓ, ਉਨਾ ਸਟਰੋਂਗ ਬਣਾਓ ਵੀ ਸਾਨੂੰ ਮਾਈਨੋਰਿਟੀ ਹੁੰਦੇ ਹੋਏ ਵੀ ਅਸੀਂ ਬਹੁਤ ਤਕੜੇ ਹਾਂ, ਐਡੀ ਤਗੜੀ ਕੌਮ ਆ। ਇਹ ਤਾਂ ਹੀ ਹੋ ਸਕਦਾ ਜਿਹੜੀ ਮੈਂ ਕਿਰਦਾਰਾਂ ਵਾਲੀ ਗੱਲ ਕੀਤੀ ਸੀ, ਜੇ ਆਪਾਂ ਉਹਨਾਂ ਕਿਰਦਾਰਾਂ ਨੂੰ ਉੱਚਾ ਚੱਕੀਏ, ਇੱਕ ਦੂਜੇ ਨੂੰ ਜਰਨਾ ਸ਼ੁਰੂ ਕਰੀਏ। ਇੱਕ ਦੂਜੇ ਨੂੰ ਜਰਦੇ ਹੀ ਨਹੀਂ ਆਪਾਂ, ਉਹ ਜਰਨ ਵਾਲੀ ਗੱਲ ਬਹੁਤ ਜ਼ਰੂਰੀ ਆ। ਇਹ ਸਭ ਤੋਂ ਮੇਨ ਗੱਲ ਆ ਜਿਹੜੀ ਮੈਂ ਤੁਹਾਡੇ ਨਾਲ ਅੱਜ ਕਰਨੀ ਆ, ਬਈ ਇੱਕ ਦੂਜੇ ਨੂੰ ਜਰਨਾ ਸ਼ੁਰੂ ਕਰੋ, ਇੱਕ ਦੂਜੇ ਨੂੰ ਹੱਲਾਸ਼ੇਰੀ ਦਿਓ, ਹੌਸਲਾ ਦਿਓ। ਸਾਡੇ ਪੰਜਾਬੀਆਂ 'ਚ ਤਾਂ ਖਾਸ ਕਰਕੇ ਇਹ ਗੱਲ ਦੇਖੀ ਗਈ ਆ ਵੀ ਅਸੀਂ ਇੱਕ ਦੂਜੇ ਨੂੰ ਕਦੇ ਨਹੀਂ ਜਰਦੇ। ਕੋਈ ਚੰਗਾ ਕਰ ਰਿਹਾ ਹੋਵੇ ਅਸੀਂ ਉਹਨੂੰ ਜਮਾਂ ਹੀ ਨਹੀਂ ਜਰਦੇ, ਅਸੀਂ ਉਹਨੂੰ ਐਂ ਫੜ ਕੇ ਪਿੱਛੇ ਖਿੱਚ ਲਾਂਗੇ। ਜੇ ਤੁਸੀਂ ਇਤਿਹਾਸ ਦੇਖ ਲਓ, ਪੰਜਾਬੀ ਜਾਂ ਸਿੱਖ ਉਦੋਂ ਵੀ ਮਾਈਨੋਰਿਟੀ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਸ ਮਾਈਨੋਰਿਟੀ ਨੇ ਆਪਦੇ ਆਪ ਨੂੰ ਉਹਨਾਂ ਤਕੜਾ ਕੀਤਾ। ਉਦੋਂ ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੂਆ ਵੀ ਇੱਕ ਦੂਜੇ ਨੂੰ ਜਰਦੇ ਸੀ, ਕਿਉਂਕਿ ਹਰੀ ਸਿੰਘ ਨਲੂਆ ਵੀ ਓਡਾ ਹੀ ਬੰਦਾ ਸੀ ਸਿੱਖ ਰਾਜ 'ਚ ਜਿੱਡਾ ਮਹਾਰਾਜਾ ਸੀ। ਜਾਂ ਸ਼ਾਮ ਸਿੰਘ ਅਟਾਰੀ ਵਾਲਾ ਅਤੇ ਮਹਾਰਾਜਾ ਵੀ ਇੱਕ ਦੂਜੇ ਨੂੰ ਜਰਦੇ ਸੀ। ਜਾਂ ਇਹ ਸਾਰੇ ਬੰਦੇ, ਜਾਂ ਤੁਸੀਂ ਇਹ ਗੱਲ ਸੁਣ ਲਓ ਵੀ ਆਪਣਾ ਦੀਵਾਨ ਮੋਹਕਮ ਚੰਦ ਜਾਂ ਆਪਣਾ ਅਕਾਲੀ ਫੂਲਾ ਸਿੰਘ, ਹੈ ਨਾ, ਇਹ ਸਾਰੇ ਬੰਦੇ ਇੱਕ ਦੂਜੇ ਨੂੰ ਜਰਦੇ ਸੀ, ਇਕੱਠੇ ਸੀ। ਜਦੋਂ ਇਕੱਠੇ ਸੀ ਤਾਂ ਫਿਰ ਖਾਲਸਾ ਰਾਜ ਸੀ, ਜਦੋਂ ਆਪਾਂ ਇੱਕ ਦੂਜੇ ਨੂੰ ਜਰਨਾ ਬੰਦ ਕਰਤਾ, ਛੱਡ ਗਏ, ਉਦੋਂ ਤੋਂ ਸਾਡੀਆਂ ਪ੍ਰੋਬਲਮਸ, ਸਾਡੀਆਂ ਕਮਜ਼ੋਰੀਆਂ ਲੋਕਾਂ ਦੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਅਸੀਂ ਦੇਖ ਲਓ ਅੱਜ ਤੁਹਾਡੇ ਸਾਹਮਣੇ ਹਾਂ ਵੀ ਸਾਨੂੰ ਇਹ ਕਿਹਾ ਜਾਂਦਾ ਤੁਸੀਂ ਮਾਈਨੋਰਿਟੀ ਹੋ ਅਤੇ ਤੁਹਾਨੂੰ ਅਸੀਂ ਉਸੇ ਤਰ੍ਹਾਂ ਟ੍ਰੀਟ ਕਰਾਂਗੇ। ਅਤੇ ਗੱਲ ਮਾਈਨੋਰਿਟੀ ਦੀ ਨਹੀਂ ਹੁੰਦੀ, ਗੱਲ ਕਮਜ਼ੋਰ ਬੰਦੇ ਦੀ ਹੁੰਦੀ ਹੈ। ਜਿਹੜਾ ਬੰਦਾ ਕਮਜ਼ੋਰ ਆ ਬਾਈ, ਉਹਨੂੰ ਦਬਾਇਆ ਹੀ ਜਾਂਦਾ। ਇਹ ਹਿਊਮਨ ਟੈਂਡੈਂਸੀ ਆ, ਇਹ ਇੱਕ ਇਤਿਹਾਸ ਆ, ਬਸ ਇਹਨੂੰ ਐਂ ਮਿੱਥ ਲਓ ਤੁਸੀਂ। ਇਸ ਕਰਕੇ ਇੱਕ ਦੂਜੇ ਨੂੰ ਜਰਨਾ ਸ਼ੁਰੂ ਕਰੋ। ਇਹਦੀ ਮੈਂ ਹੋਰ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ। ਦੇਖੋ, ਕੋਈ ਵੀ ਬੰਦਾ ਅੱਜ ਦੀ ਡੇਟ 'ਚ ਸਕਸੈਸਫੁੱਲ ਆ, ਸਕਸੈਸ ਇਜ਼ ਨੈਵਰ ਅ ਫਲੂਕ, ਇਟਸ ਨੈਵਰ ਅ ਫਲੂਕ। ਸਕਸੈਸ ਇਹੋ ਜਿਹੀ ਚੀਜ਼ ਆ ਜਿਹੜੀ ਕੋਈ ਤੁੱਕਾ ਨਹੀਂ ਹੁੰਦੀ, ਉਹਦੇ ਪਿੱਛੇ ਉਹਨਾਂ ਨੇ ਬੜੀ ਜੱਦੋਜਹਿਦ ਕੀਤੀ ਹੁੰਦੀ ਆ, ਬੜੀ ਮਿਹਨਤ ਕੀਤੀ ਹੁੰਦੀ ਆ ਕੋਈ ਵੀ ਬੰਦਾ। ਇਸ ਕਰਕੇ ਹਮੇਸ਼ਾ ਸਕਸੈਸਫੁੱਲ ਬੰਦੇ ਨੂੰ ਧਿਆਨ ਨਾਲ ਦੇਖੋ, ਉਹਨੇ ਕੁਛ ਨਾ ਕੁਛ ਤਾਂ ਉਹਦੇ 'ਚ ਖੁਸ਼ਬੂ ਹੈ। ਅੱਜ ਦੀ ਡੇਟ 'ਚ ਉਹੀ ਗੱਲ ਰਾਜ ਕਰਨ ਵਾਲੀ ਗੱਲ ਆ, ਅੱਜ ਦੀ ਡੇਟ 'ਚ ਜੇ ਮੋਦੀ ਰਾਜ ਕਰ ਰਿਹਾ ਨਾ, ਤਾਂ ਅਮਿਤ ਸ਼ਾਹ ਅਤੇ ਮੋਦੀ ਵੀ ਇੱਕ ਦੂਜੇ ਨੂੰ ਜਰ ਰਹੇ ਆ ਅਤੇ ਉਹ ਰਾਜ ਕਰੀ ਜਾਂਦੇ ਆ। ਜਦੋਂ ਕਾਂਗਰਸ ਸਰਦਾਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੇ ਰਾਜ ਕੀਤਾ, ਉਦੋਂ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਵੀ ਇੱਕ ਦੂਜੇ ਨੂੰ ਜਰਦੇ ਸੀ ਅਤੇ ਉਹ ਰਾਜ ਕਰ ਗਏ। ਸੋ ਇੱਕ ਦੂਜੇ ਨੂੰ ਜਰਨਾ ਬਹੁਤ ਜ਼ਰੂਰੀ ਆ ਬਾਈ ਜੀ। ਜੇ ਮੈਂ ਕੋਈ ਗੱਲਾਂ ਕਹਿਤੀਆਂ, ਆਈ ਐਮ ਨੋਟ ਅ ਪਰਫੈਕਟ ਗਾਏ, ਸੋ ਬਟ ਮੇਰੀਆਂ ਗੱਲਾਂ ਨੂੰ ਤੁਸੀਂ ਮੈਨੂੰ ਖਿੱਚ ਕੇ ਐਨ ਥੱਲੇ ਨਾ ਖਿੱਚੋ ਵੀ ਆਹ ਲਓ ਜੀ ਤੁਸੀਂ ਤਾਂ ਆਪ ਫਿਰਦੇ ਸੀ ਜੀ ਸਨੀ ਦਿਓਲ ਦੇ ਨਾਲ, ਤੁਸੀਂ ਕੀ ਗੱਲਾਂ ਕਰਦੇ ਹੋ। ਨਹੀਂ, ਗੱਲ ਉਹ ਕੁਛ ਵੱਖਰੀ ਸੀ। ਮੇਰੀ ਜ਼ਿੰਦਗੀ ਪਹਿਲਾਂ ਤਾਂ ਜੱਜਮੈਂਟਲ ਨਾ ਹੋ। ਅਗਲੀ ਗੱਲ ਇਹ ਆ ਵੀ ਇੱਕ ਦੂਜੇ ਨੂੰ ਜਰੋ, ਹੌਸਲਾ ਅਫਜ਼ਾਈ ਕਰੋ, ਇੱਕ ਦੂਜੇ ਨੂੰ ਹੱਲਾਸ਼ੇਰੀ ਦਿਓ, ਇੱਕ ਦੂਜੇ ਦੀ ਪਿੱਠ ਥਪਥਪਾਓ ਬਾਈ, ਤਾਂ ਹੀ ਆਪਾਂ ਕੁਛ ਕਰ ਪਾਵਾਂਗੇ, ਤਾਂ ਹੀ ਇਕੱਠੇ ਹੋ ਕੇ ਕੁਛ ਨਾ ਕੁਛ ਕਰ ਪਾਵਾਂਗੇ। ਨਹੀਂ ਤਾਂ ਮਾਈਨੋਰਿਟੀ ਬਣ ਕੇ ਜਾਂ
ਮਿਨੋਰਿਟੀ ਦੀ ਦੂਜੀ ਜਿਹੜੀ ਡੈਫੀਨੇਸ਼ਨ ਆ, ਜਦੋਂ ਇੱਕ ਦੂਜੇ ਨੂੰ ਜਰਦੇ ਨਹੀਂ ਕਮਜ਼ੋਰ ਹੋ ਕੇ ਰਹਿ ਜਾਂਗੇ. ਸੋ ਦੇਰਫੋਰ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਫੋਰ ਅਸ ਟੂ ਪ੍ਰੋਪਰਲੀ ਟੋਲਰੇਟ ਈਚ ਅਦਰ, ਇਟਸ ਇੰਪੋਰਟੈਂਟ ਫੋਰ ਅਸ ਟੂ ਅੰਡਰਸਟੈਂਡ ਈਚ ਅਦਰ, ਇਟਸ ਇੰਪੋਰਟੈਂਟ ਫੋਰ ਅਸ ਟੂ ਪ੍ਰੋਪਰਲੀ ਯੂ ਨੋ ਇਨਕਰੇਜ ਈਚ ਅਦਰ. ਬਿਕਾਜ਼ ਇਫ ਯੂ ਐਵਰ ਸੀ ਮੀ ਐਜ਼ ਅ ਹਿਊਮਨ ਬੀਂਗ, ਆਈ ਵਿਲ ਨੈਵਰ ਪੁੱਟ ਐਨੀਬਡੀ ਡਾਊਨ, ਆਈ ਨੈਵਰ ਬ੍ਰਿੰਗ ਐਨੀਬਡੀ ਡਾਊਨ, ਆਈ ਆਲਵੇਜ਼ ਇਨਕਰੇਜ ਪੀਪਲ. ਸੋ ਇਹਦਾ ਤਰਜਮਾ ਹੁਣ ਜਿਹਨੇ ਕਰਨਾ ਆਪੇ ਕਰ ਲਿਓ, ਕਿਉਂਕਿ ਮੈਂ ਜਦੋਂ ਅੰਗਰੇਜ਼ੀ ਬੋਲਣ ਲੱਗ ਜਾਣਾ ਉਦੋਂ ਕੋਈ ਇਹ ਗੱਲਾਂ ਕਹਿਣ ਲੱਗ ਜਾਂਦੇ ਆ, ਬਾਈ ਜੀ ਪੰਜਾਬੀ ਬੋਲਿਆ ਕਰੋ. ਜੇ ਮਾੜੀ ਮੋਟੀ ਜੇ ਪੰਜਾਬੀ ਬੋਲਦੇ ਹਾਂ ਤਾਂ ਕਈ ਵਿੱਚੋਂ ਦੀ ਗੱਲਾਂ ਇਹ ਆ ਜਾਂਦੀਆਂ, ਬਾਈ ਜੀ ਅੰਗਰੇਜ਼ੀ ਤੁਹਾਡੀ ਤੁਸੀਂ ਨਾ ਬੋਲਿਆ ਕਰੋ ਜੀ, ਐਂ ਨਾ ਕਰਿਆ ਕਰੋ ਜੀ, ਸੋ ਜਾਂ ਬੋਲਿਆ ਕਰੋ ਜੀ. ਸੋ ਕਿਸੇ ਪਾਸੇ ਹੀ ਨਹੀਂ ਛੱਡਦੇ. ਸੋ ਐਨੀਵੇਜ਼, ਇਹ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਉਹ ਗੱਲ ਇਹ ਬਹੁਤ ਜ਼ਰੂਰੀ ਸੀ ਜੀ, ਵੀ ਤੁਸੀਂ ਮਾਈਨੋਰਿਟੀ ਨਹੀਂ ਹੋ, ਤੁਸੀਂ ਕਮਜ਼ੋਰ ਹੋ. ਤੁਸੀਂ ਦਾ ਮਤਲਬ ਅਸੀਂ ਕਮਜ਼ੋਰ ਹਾਂ, ਅਤੇ ਉਹ ਕਮਜ਼ੋਰੀਆਂ ਨੂੰ ਸਮਝ ਕੇ ਅਸੀਂ ਆਪਣੇ ਆਪ ਨੂੰ ਤਗੜਾ ਕਰੀਏ, ਇੱਕ ਦੂਜੇ ਨੂੰ ਜਰਨਾ ਸ਼ੁਰੂ ਕਰੀਏ. ਜੇ ਜਰਾਂਗੇ ਇੱਕ ਦੂਜੇ ਨੂੰ ਬਾਈ, ਫਿਰ ਹੀ ਤਗੜੇ ਹੋਵਾਂਗੇ, ਕਿਉਂਕਿ ਹੱਥ ਨੂੰ ਹੱਥ ਆ. ਸੋ ਇਹ ਗੱਲਾਂ ਜਿਹੜੀਆਂ ਬੜੀਆਂ ਜ਼ਰੂਰੀ ਆ, ਇਹ ਗੱਲਾਂ ਮੈਂ ਵੀ ਮੰਨ ਲਓ ਵੀ ਸਾਡੇ ਇਤਿਹਾਸ ਤੋਂ ਸਿੱਖੀਆਂ ਜਾਂ ਸਾਡੇ ਬਜ਼ੁਰਗਾਂ ਤੋਂ ਸਿੱਖੀਆਂ, ਪਰ ਇਹ ਗੱਲਾਂ ਪਹਿਲਾਂ ਸਾਡੀ ਕੌਮ 'ਚ ਸੀਗੀਆਂ. ਅਸੀਂ ਇੱਕ ਦੂਜੇ ਨੂੰ ਜਰਦੇ ਵੀ ਸੀ, ਅਸੀਂ ਇੱਕ ਦੂਜੇ ਨੂੰ ਹੱਲਾਸ਼ੇਰੀ ਵੀ ਦਿੰਦੇ ਸੀ. ਅੱਜ ਕੱਲ੍ਹ ਸਿਰਫ ਇਹ ਸ਼ੁਰੂ ਹੋ ਗਿਆ ਵੀ ਬਾਈ ਯਾਰ ਉਹ ਫਲਾਨਾ ਯਾਰ ਉਹਨੂੰ ਕੀ ਪਤਾ, ਇਹ ਤਾਂ ਐਵੇਂ ਮਰੀ ਜਾਂਦਾ. ਸੋ ਦੇਰਫੋਰ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਫੋਰ ਅਸ ਟੂ ਇਨਕਰੇਜ ਈਚ ਅਦਰ. ਸੋ ਯੂ ਨੋ ਇਟਸ ਵੈਰੀ ਵੈਰੀ ਇੰਪੋਰਟੈਂਟ. ਬਾਕੀ ਜਿਹੜੀਆਂ ਗੱਲਾਂ ਹੁੰਦੀਆਂ ਨਾ ਵੀ ਕਿਸੇ ਨੈਗੇਟਿਵਿਟੀ, ਬਹੁਤ ਮਾੜੀ ਗੱਲ ਆ ਜਿਹੜੀ ਨੈਗੇਟਿਵਿਟੀ ਹੈ ਨਾ ਜ਼ਿੰਦਗੀ 'ਚ, ਉਹ ਤੁਹਾਨੂੰ ਕਦੇ ਕਿਸੇ ਨੂੰ ਵੀ ਨਹੀਂ ਅੱਗੇ ਲਿਜਾ ਸਕਦੀ. ਸੋ ਇਹ ਨਾ ਸੋਚੋ ਵੀ ਬਾਈ ਜੀ ਤੁਸੀਂ ਇਹ ਗੱਲ ਕਹੀ ਸੀ, ਇਹਦੀ ਇੱਕ ਗੱਲ ਐਂ ਸੀ, ਨਹੀਂ ਬਾਈ ਉਹਦਾ ਇੱਕ ਗੱਲ ਐਂ ਹੋ ਸਕਦੀ ਆ, ਪਰ ਮੈਂ ਤੁਹਾਨੂੰ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਅਸੀਂ ਹੁਕਮਰਾਨਾਂ ਦੇ ਅਗੇਂਸਟ ਹਾਂ. ਜੇ ਹੁਕਮਰਾਨ ਸਹੀ ਕੰਮ ਨਹੀਂ ਕਰਦੇ ਅਸੀਂ ਉਹਨਾਂ ਦੇ ਅਗੇਂਸਟ ਹਾਂ. ਕਿਸੇ ਪੋਲੀਟੀਕਲ ਪਾਰਟੀ ਨੂੰ ਟਾਰਗੇਟ ਨਹੀਂ ਕੀਤਾ ਜਾਂਦਾ ਜਾਂ ਕਿਸੇ ਪਰਟੀਕੁਲਰ ਬੰਦੇ ਨੂੰ ਟਾਰਗੇਟ ਨਹੀਂ ਕੀਤਾ ਜਾਂਦਾ, ਕਿਉਂਕਿ ਇਹ ਸਾਡੀ ਜਾਤੀ ਦੁਸ਼ਮਣੀ ਨਹੀਂ ਆ. ਜਾਤੀ ਦੁਸ਼ਮਣੀ ਕਰਕੇ ਅਸੀਂ ਇੱਥੇ ਨਹੀਂ ਆਏ. ਜਾਤੀ ਦੁਸ਼ਮਣੀਆਂ ਆਪਾਂ ਊਂ ਕੱਢ ਲਾਂਗੇ ਕਿਸੇ ਜੇ ਹੋਈਆਂ, ਪਰ ਅਸੀਂ ਰੱਖਦੇ ਵੀ ਨਹੀਂ, ਕਿਉਂਕਿ ਪਹਿਲਾਂ ਤਾਂ ਐਜ਼ ਐਨ ਆਰਟਿਸਟ ਮੇਰੇ ਦਿਲ 'ਚ ਕਦੇ ਕਿਸੇ ਲਈ ਕੁਛ ਨਹੀਂ ਹੁੰਦਾ, ਹਮੇਸ਼ਾ ਸਤਿਕਾਰ ਅਤੇ ਪਿਆਰ ਹੀ ਹੁੰਦਾ. ਸੋ ਉਹ ਵੱਖਰੀ ਗੱਲ ਆ, ਕਦੇ ਕਦੇ ਆਪਾਂ ਗੁੱਸੇ 'ਚ ਕਦੇ ਆਪਾਂ ਹੋ ਸਕਦਾ ਕੁਛ ਗਾਲਾਂ ਵੀ ਕੱਢ ਜਾਈਏ, ਕਿਉਂਕਿ ਇਨਸਾਨ ਆ, ਇਨਸਾਨ ਦੀ ਫਿਤਰਤ ਹੁੰਦੀ ਆ, ਗੁੱਸੇ 'ਚ ਆਪਣੇ ਆਪ ਨੂੰ ਜਜ਼ਬਾਤੀ ਬੰਦਿਆਂ ਨੂੰ ਸੰਭਾਲਣਾ ਬੜਾ ਔਖਾ ਹੁੰਦਾ. ਸੋ ਪਰ ਜਦੋਂ ਆਪਾਂ ਸਹੀ ਬੈਠੇ ਹਾਂ, ਦੈਨ ਵੀ ਆਲਵੇਜ਼ ਰਿਸਪੈਕਟ ਈਚ ਅਦਰ, ਵੀ ਆਲਵੇਜ਼ ਆਪਣੇ ਅੰਦਰ ਇੱਕ ਲਾਜ ਜਿਹੜਾ ਅਦਬ ਅਤੇ ਸਤਿਕਾਰ ਆ ਉਹ ਰਹਿਣਾ ਚਾਹੀਦਾ, ਇੱਕ ਦੂਜੇ ਦੇ ਪ੍ਰਤੀ ਰਹਿਣਾ ਚਾਹੀਦਾ, ਸਾਡੀ ਬੋਲੀ 'ਚ ਬੜੀ ਮਿਠਾਸ ਰਹਿਣੀ ਚਾਹੀਦੀ ਆ. ਸੋ ਦੈਟਸ ਆਲ ਆਈ ਵਾਂਟਡ ਟੂ ਸੇ. ਮੇਰਾ ਮੇਨ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਮਕਸਦ ਹੀ ਇਹ ਹੁੰਦਾ ਵੀ ਆਪਾਂ ਆਪਦੇ ਦਿਲ ਦੀਆਂ ਦੋ ਚਾਰ ਗੱਲਾਂ ਸਾਂਝੀਆਂ ਕਰ ਲਈਏ, ਕਿਉਂਕਿ ਮੈਂ ਕੋਈ ਸੋਸ਼ਲ ਵਰਕਰ ਨਹੀਂ ਹਾਂ. ਮੈਂ ਇਸ ਕਰਕੇ ਨਹੀਂ, ਮੈਂ ਅੱਜ ਵੀ ਜੇ ਕਿਸੇ ਦੀ ਦੋ ਚਾਰ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਦੀ ਹੈਲਪ ਕਰਕੇ ਆਇਆ, ਉਹਨਾਂ ਨੂੰ ਪੈਸੇ ਦੇ ਦਈਏ ਜਾਂ ਉਹਨਾਂ ਨੂੰ ਰਾਸ਼ਨ ਦੇ ਦਈਏ, ਪਰ ਮੈਂ ਉਹ ਫੋਟੋਆਂ ਖਿਚਾ ਕੇ ਫੋਟੋਆਂ ਪਾਉਣ ਵਾਲਾ ਬੰਦਾ ਨਹੀਂ ਹਾਂ. ਮੈਂ ਕਿਸੇ ਨੂੰ ਪ੍ਰੂਵ ਨਹੀਂ ਕਰਨਾ ਵੀ ਦੇਖੋ ਜੀ ਮੈਂ ਸੋਸ਼ਲ ਵਰਕ ਕਰ ਰਿਹਾ, ਉਹ ਕੋਈ ਸੋਸ਼ਲ ਵਰਕ ਵੀ ਨਹੀਂ ਹੈ. ਸੋਸ਼ਲ ਵਰਕ ਮੈਨੂੰ ਐਂ ਲੱਗਦਾ ਬਹੁਤ ਵੱਡੇ ਲੈਵਲ 'ਤੇ ਹੋਣਾ ਚਾਹੀਦਾ, ਜਾਂ ਆਪਾਂ ਕਰਾਂਗੇ ਪਹਿਲਾਂ ਤਾਂ ਇੱਕ ਚੰਗੇ ਇਨਸਾਨ ਬਣ ਜਾਈਏ, ਆਰਟਿਸਟ ਬਣ ਜਾਈਏ, ਹੈ ਨਾ. ਉਦੋਂ ਬਾਅਦ ਉਸ ਲੈਵਲ 'ਤੇ ਪਹੁੰਚਾਂਗੇ ਜਦੋਂ ਆਪਾਂ ਸੋਸ਼ਲ ਵਰਕ ਉਸ ਲੈਵਲ ਦਾ ਕਰਨ ਜੋਗੇ ਹੋਈਏ, ਰੱਬ ਕਰੇ ਉਦੋਂ ਸੋਸ਼ਲ ਵਰਕ ਵੀ ਕਰਾਂਗੇ. ਸੋ ਆਈ ਐਮ ਨੋਟ ਅ ਸੋਸ਼ਲ ਵਰਕਰ, ਆਈ ਐਮ ਜਸਟ ਅ ਹਿਊਮਨ ਬੀਇੰਗ ਐਂਡ ਆਈ ਐਮ ਜਸਟ ਸ਼ੇਅਰਿੰਗ ਮਾਈ ਥਾਟਸ ਵਿਦ ਯੂ ਗਾਈਸ. ਸੋ ਦੈਟਸ ਆਲ. ਆਈ ਹੈਵ ਨੋ ਪ੍ਰੋਬਲੀ ਯੂ ਨੋ ਇੰਟੈਂਸ਼ਨ ਟੂ ਪੁੱਟ ਐਨੀਬਡੀ ਡਾਊਨ.
ਆਈ ਰਿਸਪੈਕਟ ਯੂ ਗਾਇਜ਼, ਆਈ ਲਵ ਯੂ ਗਾਇਜ਼, ਗੋਡ ਬਲੈਸ ਯੂ, ਜਿਉਂਦੇ ਵਸਦੇ ਰਹੋ, ਸਤਿ ਸ਼੍ਰੀ ਅਕਾਲ।